ਜਵਾਨੀ ਦੇ ਵਿੱਚ ਕੀ ਕੀਤਾ? ਜਵਾਨੀ ਦੇ ਵਿੱਚ ਆਪਦਾ ਡੰਗਰ ਪਸ਼ੂ ਪਾਲ ਕੇ ਦੁੱਧ ਪਾਣੀ ਵੇਚ ਕੇ ਗੁਜ਼ਾਰਾ ਕਰਦੇ ਰਹੇ, ਗੁਜ਼ਾਰਾ ਕੀਤਾ, ਹੋਰ ਵੀ ਕਾਰੋਬਾਰ ਕਰਦੇ ਰਹੇ, ਜਿੱਥੇ ਵੀ ਲੋਟ ਜਿਹੋ ਜਿਹਾ ਵੀ ਕੰਮ ਮਿਲ ਜਾਵੇ ਉਹੋ ਜਿਹਾ ਮਿਹਨਤ ਕਰਕੇ ਆਪਣਾ ਗੁਜ਼ਾਰਾ ਵਧੀਆ ਕਰਦੇ ਰਹੇ। ਮਗਰ ਭੂਆ ਜੀ ਨੇ ਆਪਾਂ ਨੂੰ ਦੱਸਿਆ ਕਿ ਵੀ ਹਾਲਾਤ ਆ, ਪਹਿਲਾਂ ਸਾਨੂੰ ਪਤਾ ਨਹੀਂ ਸੀ ਇਸ ਬਾਰੇ, ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇੱਦਾਂ ਇੱਦਾਂ, ਅਤੇ ਮੈਂ ਆ ਕੇ ਦੇਖਿਆ, ਜਦੋਂ ਮੈਂ ਆਪਣੇ ਸਾਡੇ ਪਿੰਡ ਵਾਲਿਆਂ ਦਾ ਗਰੁੱਪ ਬਣਿਆ ਹੋਇਆ ਇੱਕ ਵਟਸਐਪ 'ਤੇ ਨਸ਼ਾ ਛਡਾਊ ਕਮੇਟੀ, ਉਹਦੇ ਵਿੱਚ ਅਸੀਂ ਫਿਰ ਸਲਾਹ ਕਰੀ, ਮੈਂ ਵੀਰੇ ਉਹਨਾਂ ਨੂੰ ਦੱਸਿਆ ਵੀ ਆਪਾਂ ਨੂੰ ਲੋੜ ਆ, ਵੀਰੇ ਉਹਨਾਂ ਨੇ ਵੀ ਪਹਿਲੇ ਝੱਟੀ ਹਾਂ ਕਰੀ ਵੀ ਆਪਾਂ ਇਹ ਕੰਮ ਕਰਨਾ। ਬਸ ਦੋ ਦਿਨਾਂ 'ਚ ਬਾਪੂ ਦਾ ਲੈਂਟਰ ਪਾ ਦਾਂਗੇ, ਫਿਰ ਬਾਪੂ ਨੂੰ ਮੰਨ ਕੇ ਚੱਲੋ ਵੀ ਨਾਲ ਹੀ ਬਾਹਰ ਸ਼ਟਰਿੰਗ ਤੋਂ ਬਾਅਦ ਬਾਹਰ ਹੀ ਆਪਾਂ ਨਾਲ ਹੀ ਰਸੋਈ ਦਾ ਕੰਮ ਸ਼ੁਰੂ ਕਰਵਾ ਦੇਣਾ, ਅਤੇ ਰਸੋਈ ਦੇ ਨਾਲ ਹੀ ਬਾਪੂ ਦਾ ਜਿਹੜਾ ਵਾਸ਼ਰੂਮ ਆ ਉਹ ਵੀ ਉੱਪਰ ਦੇ ਸਾਰਾ ਸਾਹਿਬ, ਯਾਨੀ ਕਿ ਪੂਰਾ ਸਹੂਲਤ ਦੇਵਾਂਗੇ ਹੁਣ ਬਾਪੂ ਨੂੰ, ਟੈਂਕੀ ਧਰਾ ਕੇ ਦੇਵਾਂਗੇ ਪਾਣੀ ਦੀ। ਫਿਰ ਜੇ ਮਤਲਬ ਫੰਡ ਦੀ ਗੱਲ ਆ, ਸਾਰਿਆਂ ਨੇ ਤਿਰਫੁਲ ਦਿੱਤਾ, ਜੇ ਕੋਈ 500 ਦੇਣ ਵਾਲਾ ਸੀ ਉਹਨੇ 500 ਵੀ ਦਿੱਤਾ, ਅਤੇ ਅਸੀਂ ਜੇ ਕੋਈ 100 ਦੇਣ ਵਾਲਾ ਸੀ ਅਸੀਂ ਉਹ ਵੀ 100 ਵੀ ਮਤਲਬ ਉਹ ਤੋਂ ਲਿਆ। ਅਸੀਂ ਇਹ ਨਹੀਂ ਕੀਤਾ ਹੈਗਾ ਵੀ ਯਾਰ ਕਿਸੇ ਨੂੰ ਬੰਦੇ ਨੂੰ ਆਏ ਨਾ ਲੱਗੇ ਵੀ ਮੈਂ ਘੱਟ ਦੇਣ ਵਾਲਾ, ਥੋੜ੍ਹੇ ਤੋਂ ਥੋੜ੍ਹਾ ਕਰਕੇ ਬਹੁਤੇ ਤੋਂ ਬਹੁਤਾ ਹੋ ਜਾਂਦਾ ਵੱਡਾ, ਤੁਹਾਨੂੰ ਪਤਾ ਵੀ ਬੂੰਦ ਬੂੰਦ ਨਾਲ ਘੜਾ ਭਰਦਾ। ਜੇ ਆਪਾਂ ਇਹੋ ਜਿਹਾ ਆਪਦੇ ਪਿੰਡ 'ਚ 4-5 ਪਰਿਵਾਰ ਸਾਂਭ ਲਵਾਂਗੇ, ਆਪਾਂ ਨੂੰ ਸਰਕਾਰਾਂ 'ਚ ਹੱਥ ਰੱਖਣ ਦੀ ਬਾਕੀ ਕੋਈ ਲੋੜ ਨਹੀਂ ਹੋਊ। ਲੁਧਿਆਣਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ, ਅਸੀਂ ਫੁੱਲਾਂ ਵਾਲਾ ਪਿੰਡ ਦੇ ਵਿੱਚ ਖੜੇ ਹੋਏ ਹਾਂ। ਖਾਸ ਦੇ ਵਿੱਚ ਇੱਕ ਬਜ਼ੁਰਗ ਦੀ ਦਾਸਤਾਂ ਤੁਹਾਨੂੰ ਸੁਣਾਵਾਂਗੇ, ਲੇਕਿਨ ਉਸ ਗਲੀ ਵੀ ਤੁਹਾਨੂੰ ਦਿਖਾਵਾਂਗੇ, ਗਲੀ ਦੇ ਵਿੱਚੋਂ ਜਦੋਂ ਉਸ ਬਜ਼ੁਰਗ ਦਾ ਘਰ ਜਿਹੜਾ ਆਉਂਦਾ ਸੀ, ਨਾ ਉੱਥੇ ਕੋਈ ਦਰਵਾਜ਼ਾ ਸੀ ਨਾ ਉੱਥੇ ਕੋਈ ਦੀਵਾਰ ਸੀ। 80 ਸਾਲ ਦਾ ਉਹ ਸਿੱਖ ਵਿਅਕਤੀ ਜੋ ਆਪਣੀ ਜੰਗ ਜਿਹੜੀ ਹਾਰ ਚੁੱਕਾ ਹੋਇਆ ਸੀ ਅਤੇ ਉਹਦਾ ਹੱਥ ਫੜਨ ਵਾਸਤੇ ਸੰਨੀ ਅਤੇ ਪਿੰਡ ਸਾਹਮਣੇ ਆ ਗਿਆ, ਲੇਕਿਨ ਉਹ ਸਿੱਖ ਨੌਜਵਾਨ ਬਜ਼ੁਰਗ ਸਾਡੇ ਨਾਲ ਮੌਜੂਦ ਵੀ ਹੈਗੇ ਨੇ, ਤੁਹਾਨੂੰ ਤਸਵੀਰ ਵੀ ਦਿਖਾ ਰਿਹਾ, ਲੇਕਿਨ ਉਸ ਤੋਂ ਪਹਿਲੇ ਇਹਨਾਂ ਦੀ ਝੁੱਗੀ ਤੁਹਾਨੂੰ ਦਿਖਾਈ ਜਾ ਰਹੀ ਜਿਹੜੀ ਬਣਾਈ ਹੋਈ ਸੀਗੀ, ਲੇਕਿਨ ਪਿੰਡ ਵਾਲਿਆਂ ਦੀ ਦਾਸਤਾਂ ਦੱਸਣਯੋਗ ਹੈ ਕਿ ਉਹਨਾਂ ਨੇ ਬਿਲਕੁਲ ਤਰਪਾਲਾਂ ਪਾਈਆਂ ਅਤੇ ਉਸ ਤੋਂ ਬਾਅਦ ਕਮਰਾ ਪਾਇਆ, ਕਮਰੇ ਉੱਤੇ ਲੈਂਟਰ ਤੱਕ ਪਾਉਣ ਦਾ ਜਿਹੜਾ ਬੰਦੋਬਸਤ ਪੂਰਾ ਕਰ ਲਿੱਤਾ ਗਿਆ ਹੋਇਆ ਹੈ। ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦੀ ਭੈਣ ਨੂੰ, ਭੈਣ ਨੇ ਜਾ ਕੇ ਸੰਨੀ ਵੀਰ ਨੂੰ ਦੱਸਿਆ ਅਤੇ ਸੰਨੀ ਵੀਰ ਨੇ ਅੱਗੇ ਆਪਣੇ ਦੋਸਤਾਂ ਤੱਕ ਆ ਗੱਲ ਪਹੁੰਚਾਈ। ਗੱਲ ਪਹੁੰਚਾਉਣ ਤੋਂ ਬਾਅਦ ਅੱਜ ਨੂੰ ਉਸ ਬਜ਼ੁਰਗਾਂ ਦੇ ਜੋ ਘਰ ਦੀ ਦੀਵਾਰ ਸੀਗੀ ਅਤੇ ਦੀਵਾਰ ਦੇ ਉੱਪਰ ਲੈਂਟਰ ਪੈਣ ਵਾਲਾ ਹੈ, ਉਹ ਲੈਂਟਰ ਦੀ ਤਸਵੀਰ ਵੀ ਸਾਂਝੀ ਕਰਾਵਾਂਗੇ। ਲੇਕਿਨ ਗੱਲ ਕਰਦੇ ਹਾਂ ਜੋ ਬੇਟੀ ਉਹਨਾਂ ਦੀ ਹੈਗੀ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਲੇਕਿਨ ਬਾਬਾ ਜੀ ਕਿੰਨੇ ਸਾਲ ਦੀ ਉਮਰ ਹੋ ਚੁੱਕੀ ਹੈ? 80 ਸਾਲ ਦੀ ਉਮਰ ਹੋ ਗਈ ਜੀ। ਬਾਬਾ ਜਵਾਨੀ ਦੇ ਵਿੱਚ ਕੀ ਕੀਤਾ? ਜਵਾਨੀ ਦੇ ਵਿੱਚ ਆਪਦਾ ਡੰਗਰ ਪਸ਼ੂ ਪਾਲ ਕੇ ਦੁੱਧ ਪਾਣੀ ਵੇਚ ਕੇ ਗੁਜ਼ਾਰਾ ਕਰਦੇ ਰਹੇ, ਗੁਜ਼ਾਰਾ ਕੀਤਾ, ਹੋਰ ਵੀ ਕਾਰੋਬਾਰ ਕਰਦੇ ਰਹੇ, ਜਿੱਥੇ ਵੀ ਲੋਟ ਜਿਹੋ ਜਿਹਾ ਵੀ ਕੰਮ ਮਿਲ ਜਾਵੇ ਉਹੋ ਜਿਹਾ ਮਿਹਨਤ ਕਰਕੇ ਆਪਣਾ ਗੁਜ਼ਾਰਾ ਵਧੀਆ ਕਰਦੇ ਰਹੇ ਆ। ਕਿਸੇ ਤੇ ਡਿਪੈਂਡ ਨਹੀਂ ਰਹੇ ਮਤਲਬ? ਹਾਂਜੀ ਹਾਂਜੀ। ਲੇਕਿਨ ਪਿੰਡ ਵਾਲਾ ਸੰਨੀ ਤੇ ਤੁਹਾਡੇ ਪਿੰਡ ਵਾਲੇ ਜਿਹੜੇ ਨੌਜਵਾਨ ਹੈਗੇ ਇਹਨਾਂ, ਜਿਹੜਾ ਤੁਹਾਡਾ ਹੱਥ ਫੜਿਆ, ਕਿੱਦਾਂ ਦਾ ਲੱਗਿਆ? ਇਹ ਬਹੁਤ ਵਧੀਆ ਕੀਤਾ ਜੀ, ਇਹਨਾਂ ਦਾ ਪਰਵਕਾਰ ਕਰਨਾ ਹੱਕ ਆ, ਇਹ ਸਾਡੇ ਪੰਜਾਬ ਦੇ ਨੌਜਵਾਨ ਗੁਰਸਿੱਖ ਆਦਮੀਆਂ ਦੇ ਬੱਚੇ ਨੇ ਜਿਹੜੇ ਇਹ ਗੁਰੂ ਦੀ ਮਰਯਾਦਾ ਤੇ ਚੱਲ ਰਹੇ ਨੇ, ਬਈ ਗੁਰੂ ਵੀ ਭਲਾ ਕਰਦਾ ਰਿਹਾ, ਇਹ ਵੀ ਗਰੀਬਾਂ ਦਾ ਭਲਾ ਹੀ ਕਰਦੇ ਨੇ। ਬਿਲਕੁਲ। ਰੋਟੀ ਰਾਟੀ ਕਿੱਥੋਂ ਖਾਂਦੇ ਸੀ? ਰੋਟੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਆਹ ਬੇਟੀ ਆ ਗਈ ਸੀ, ਰੋਟੀਆਂ ਪਕਾ ਕੇ ਖਵਾਉਂਦੀ ਸੀ ਸਾਨੂੰ, ਸੇਵਾ ਕਰਦੇ, ਦੁੱਧ ਪਾਣੀ, ਚਾਹ ਪਾਣੀ, ਕੱਪੜੇ ਕੁਪੜੇ ਧੋਂਦੀ ਆ। ਤਿੰਨ ਧੀਆਂ ਨੇ ਤੁਹਾਡੀਆਂ? ਇੱਕ ਧੀ ਤੁਹਾਡੇ ਕੋਲ ਆ ਗਈ ਆ? ਇਹ ਤਿੰਨ, ਦੋ ਹੋਰ ਨੇ ਇਹ ਤੋਂ ਬਿਨਾਂ। ਹਾਂਜੀ, ਤਿੰਨ ਹੋ ਗਈਆਂ, ਇੱਕ ਤੁਹਾਡੇ ਕੋਲ ਆਈ ਤੇ ਬਾਕੀ ਧੀਆਂ ਦੋ? ਬਾਕੀ ਤਾਂ ਉੱਥੇ ਆਪਦੇ ਆਪਦੇ ਘਰੇ ਵਿਆਹੀਆਂ ਹੋਈਆਂ ਨੇ ਸਾਰੀਆਂ ਜੀ। ਹਾਂਜੀ, ਉਹਨਾਂ ਦੇ ਬੱਚੇ ਨੇ, ਪਰਿਵਾਰ ਆ ਵਧੀਆ, ਆਪਦਾ ਵਧੀਆ ਕੰਮ ਕਾਰ ਕਰਦੇ। ਜਿਹੜਾ ਇੱਕ ਪਿੱਛੇ ਛੋਟਾ ਜਿਹਾ ਕਮਰਾ ਜਿਹਾ ਬਣਿਆ ਹੋਇਆ, ਇੱਥੇ ਕੌਣ ਰਹਿੰਦਾ? ਇਹ ਮੇਰਾ ਮੁੰਡਾ ਜਿਹੜਾ ਮਰ ਗਿਆ, ਹਾਂਜੀ, ਉਹਦਾ ਇਹ ਇੱਥੇ ਉਹ ਰਹਿੰਦਾ ਸੀਗਾ। ਉਹ ਰਹਿੰਦਾ ਸੀਗਾ? ਹਾਂਜੀ। ਫਿਰ ਤੁਸੀਂ ਅੰਦਰ ਜਾਂਦੇ ਨਹੀਂ ਸੀਗੇ? ਨਹੀਂ, ਮੈਂ ਜਦੋਂ ਕਦੇ ਜ਼ਿਆਦਾ ਮੀਂਹ ਕਣੀ ਹੋ ਜਾਂਦਾ ਸੀ ਫਿਰ ਮੈਂ ਚਲੇ ਵੀ ਜਾਂਦਾ ਸੀ ਅੰਦਰ, ਨਹੀਂ ਮੈਂ ਜਿਵੇਂ ਮੀਂਹ ਕਣੀ ਦੇ ਵਿੱਚ ਇਸੇ ਝੁੱਗੀ 'ਚ ਗੁਜ਼ਾਰਾ ਕਰਦਾ ਸੀ। ਭੈਣੇ ਤੁਹਾਨੂੰ ਕਿੰਨੇ ਦੱਸਿਆ ਕਿ ਇਹ ਫੋਟੋ ਤੁਸੀਂ ਜਾ ਕੇ ਆਏ ਅਤੇ ਇਸ ਵੀਰ ਨੂੰ ਦਿੱਤੀ? ਵੀਰ ਆਉਂਗੇ, ਸੰਨੀ ਵੀਰ ਅੱਗੇ ਆਉਂਗੇ, ਇਹ ਵੀਰ ਨੂੰ ਦਿੱਤੀ ਤੁਸੀਂ ਅਤੇ ਵੀਰ ਨੇ ਕਿੰਨੀ ਦੇਰ ਬਾਅਦ ਸ਼ੁਰੂ ਕਰਤਾ ਸਾਰਾ ਬਣਾਉਣਾ? ਇਹ ਸ਼ਾਮ ਨੂੰ ਹੀ ਆ ਗਏ ਸੀ ਸਾਡੇ ਘਰੇ ਜੀ। ਹਾਂਜੀ, ਜਦੋਂ ਸ਼ਾਮ ਨੂੰ ਆਏ
ਇਹਨਾਂ ਨੇ ਫਿਰ ਸਾਰੇ ਮੁੰਡਿਆਂ ਨਾਲ ਗੱਲਬਾਤ ਕੀਤੀ ਤੇ ਫਿਰ ਇਕੱਠੇ ਹੋ ਕੇ ਸਾਡੇ ਕੋਲ ਦੂਜੇ ਦਿਨ ਆ ਗਏ। ਕਹਿੰਦੇ ਆਪਣੇ ਨਹੀਂ ਪੁੱਛਦੇ, ਬਗਾਨੇ ਜ਼ਰੂਰ ਪੁੱਛ ਲੈਂਦੇ ਨੇ। ਉਹ ਬਗਾਨਿਆਂ ਤੋਂ ਵੀ ਵੱਧ ਕੇ ਆ ਨੌਜਵਾਨ ਲੱਗੇ ਰਹੇ ਤੁਹਾਡੇ ਅੱਗੇ ਜਿਹੜੇ ਖੜੇ ਹੋਏ ਨੇ। ਇਹ ਨੌਜਵਾਨਾਂ ਨੇ ਤੁਹਾਡੀ ਬਾਂਹ ਜਦੋਂ ਫੜੀ ਕਿ ਰੱਬ ਦੇ ਰੂਪ ਵਿੱਚ ਹੀ ਇਹ ਬੰਦੇ ਆਏ ਨੇ? ਸਾਨੂੰ ਤਾਂ ਇੱਦਾਂ ਹੀ ਲੱਗਿਆ ਵੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਲਾਡਲੀ ਫੌਜ ਭੇਜਤੀ ਸਾਡੇ ਘਰ 'ਚ। ਬਿਲਕੁਲ ਲਾਡਲੀ ਫੌਜਾਂ ਹੋ ਤੁਸੀਂ ਸੰਨੀ ਬਾਈ। ਮਗਰ ਜੀ ਭੂਆ ਜੀ ਨੇ ਆਪਾਂ ਨੂੰ ਦੱਸਿਆ ਕਿ ਵੀ ਹਾਲਾਤ ਆ, ਪਹਿਲਾਂ ਸਾਨੂੰ ਪਤਾ ਨਹੀਂ ਸੀ ਇਸ ਬਾਰੇ। ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇੱਦਾਂ ਇੱਦਾਂ, ਅਤੇ ਮੈਂ ਆ ਕੇ ਦੇਖਿਆ, ਜਦੋਂ ਮੈਂ ਆਪਣੇ ਸਾਡੇ ਪਿੰਡ ਵਾਲਿਆਂ ਦਾ ਗਰੁੱਪ ਬਣਿਆ ਹੋਇਆ ਇੱਕ ਵਟਸਐਪ 'ਤੇ ਨਸ਼ਾ ਛਡਾਊ ਕਮੇਟੀ, ਉਹਦੇ ਵਿੱਚ ਅਸੀਂ ਫਿਰ ਸਲਾਹ ਕਰੀ। ਮੈਂ ਵੀਰੇ ਉਹਨਾਂ ਨੂੰ ਦੱਸਿਆ ਵੀ ਆਪਾਂ ਨੂੰ ਲੋੜ ਆ, ਵੀਰੇ ਉਹਨਾਂ ਨੇ ਵੀ ਪਹਿਲੇ ਝੱਟੀ ਹਾਂ ਕਰੀ ਵੀ ਆਪਾਂ ਇਹ ਕੰਮ ਕਰਨਾ, ਅਤੇ ਗਾਹਾਂ ਤੋਂ ਸਾਰੇ ਭਰਾ ਜਿਹੜੇ ਸੀ ਉਹ ਮੈਸੇਜ ਪਾਉਣ ਲੱਗ ਗਏ, ਅਤੇ ਦੂਜੇ ਦਿਨ ਹੀ ਵੀਰੇ ਕੰਮ ਸ਼ੁਰੂ ਕਰਾਤਾ ਸੀਗਾ ਵੀ ਸਾਰਿਆਂ ਨੇ ਬਹੁਤ ਹੈਲਪ ਕਰੀ ਆ। ਆਓ ਮੈਂ ਸਾਰੇ ਭਰਾਵਾਂ ਦਾ ਫੇਸ ਵੀ ਦਿਖਾਉਣਾ ਚਾਹੁੰਦਾ। ਇਹ ਉਹ ਸਾਰੇ ਭਰਾ ਨੇ, ਆਓ ਸੰਨੀ ਵੀਰ ਤੁਸੀਂ ਵੀ ਅੱਗੇ ਆਓ ਨਾ ਯਾਰ। ਵੀਰ ਸਪੋਰਟ ਹੈ, ਪਾਈ ਪਾਈ ਜੋੜ ਕੇ ਇੱਕ ਮਕਾਨ ਬਣਾਇਆ ਜਾ ਸਕਦਾ। ਅਗਰ ਦਿਲ ਦੇ ਵਿੱਚ ਕੋਈ ਅਰਜ਼ ਹੋਵੇ ਉਹਨੂੰ ਪੂਰਾ ਵੀ ਕੀਤਾ ਜਾ ਸਕਦਾ। ਉਹ ਤੁਸੀਂ ਪੂਰੀ ਕੀਤੀ ਹੈ ਅਤੇ ਲੈਂਟਰ ਕਦੋਂ ਪਊਗਾ ਵੀ? ਬਸ ਵੀਰੇ ਕੱਲ੍ਹ ਨੂੰ ਸ਼ਟਰਿੰਗ ਸ਼ੁਰੂ ਹੋ ਜਾਣੀ ਆ। ਬਸ ਸ਼ਟਰਿੰਗ ਤੋਂ ਬਾਅਦ ਕਹਿ ਲਓ ਵੀ ਦੋ ਦਿਨ, ਬਸ ਦੋ ਦਿਨਾਂ 'ਚ ਬਾਪੂ ਦਾ ਲੈਂਟਰ ਪਾ ਦਾਂਗੇ। ਫਿਰ ਬਾਪੂ ਨੂੰ ਮੰਨ ਕੇ ਚੱਲੋ ਵੀ ਨਾਲ ਹੀ ਬਾਹਰ ਸ਼ਟਰਿੰਗ ਤੋਂ ਬਾਅਦ ਬਾਹਰ ਹੀ ਆਪਾਂ ਨਾਲ ਹੀ ਰਸੋਈ ਦਾ ਕੰਮ ਸ਼ੁਰੂ ਕਰਵਾ ਦੇਣਾ, ਅਤੇ ਰਸੋਈ ਦੇ ਨਾਲ ਹੀ ਬਾਪੂ ਦਾ ਜਿਹੜਾ ਵਾਸ਼ਰੂਮ ਆ ਉਹ ਵੀ ਉੱਪਰ ਇਹਦੇ ਸਾਰਾ ਸਾਹਿਬ ਬਣ ਕੇ ਪੂਰਾ ਸਹੂਲਤ ਦੇਵਾਂਗੇ। ਹੁਣ ਬਾਪੂ ਨੂੰ ਟੈਂਕੀ ਧਰਾ ਕੇ ਦੇਵਾਂਗੇ ਪਾਣੀ ਦੀ, ਰਾਸ਼ਨ ਬਾਪੂ ਨੂੰ ਕੱਲ੍ਹ ਲੜੀਂਦਾ ਜੋ ਵੀ ਸੀਗਾ ਉਹ ਲਿਆਤਾ। ਹੁਣ ਜਦੋਂ ਪ੍ਰੋਪਰ ਬਣ ਜੂਗਾ ਫਿਰ ਆਪਾਂ ਡੱਬਿਆਂ ਦੇ ਵਿੱਚ ਲਿਆ ਕੇ ਰੱਖਾਂਗੇ ਹੁਣ, ਕਿਉਂਕਿ ਤਾਂ ਨਹੀਂ ਉਹਨਾਂ ਲਿਆ ਕੇ ਦਿੱਤਾ ਵੀ ਖਰਾਬ ਨਾ ਹੋ ਜਾਵੇ ਮੀਂਹ ਕਣੀ ਦੇ ਵਿੱਚ। ਬਾਈ ਮੈਂ ਜਦੋਂ ਆਇਆ ਨਾ ਤੁਹਾਡੀ ਆ ਪਿੰਡ ਦੇ ਵਿੱਚ ਆਇਆ, ਜਦੋਂ ਮੈਂ ਗਲੀ, ਮੈਨੂੰ ਪਤਾ ਨਹੀਂ ਸੀ ਗਲੀ ਹੈਗੀ ਆ। ਇਹ ਬਾਪੂ ਵਿਚਾਰਾ ਇੱਥੇ ਰਹਿੰਦਾ ਸੀਗਾ, ਬਾਪੂ ਬਾਰੇ ਪਤਾ ਹੀ ਨਹੀਂ ਸੀ ਕਿਸੇ ਪਿੰਡ ਦੇ ਬੰਦੇ ਨੂੰ ਕਿ ਬਾਪੂ ਬਿਮਾਰ ਵੀ ਰਹਿ ਚੁੱਕਾ ਹੋਊਗਾ। ਬਸ ਤੁਹਾਨੂੰ ਪਤਾ ਹੀ ਆ ਵੀਰੇ, ਇਹ ਤਾਂ ਹੁਣ ਸਮਾਂ ਇੰਨਾ ਤੇਜ਼ ਹੋ ਗਿਆ ਵੀ ਆਪਾਂ ਨੂੰ ਪਤਾ ਹੀ ਨਹੀਂ ਹੈਗਾ। ਆਪਣੇ ਕੋਲ ਮੰਨ ਲਓ ਆਪਣੇ ਲਈ ਸਮਾਂ ਮਸਾਂ ਵਾ ਹੁਣ, ਠੀਕ ਆ, ਆਪਾਂ ਕਿਸੇ ਲਈ ਸਮਾਂ ਨਹੀਂ ਕੱਢ ਸਕਦੇ। ਪਰ ਸਾਡੀ ਟੀਮ ਇੱਦਾਂ ਦੀ ਆ, ਜਿਵੇਂ ਸਾਡਾ ਸੁੱਖਾ ਭਰਾ ਹੋ ਗਿਆ, ਹਰਮਨ ਹੋ ਗਿਆ, ਬਿਨਾਂ ਭਰਾ ਨਵੀ ਹੋ ਗਿਆ, ਹੋਰ ਸਾਡੀ ਟੀਮ ਦੇ ਮੈਂਬਰ ਨੇ ਅਤੇ ਸਾਡੇ ਐੱਨ ਆਰ ਆਈ ਵੀਰ ਹੋ ਗਏ, ਉਹ ਇੱਦਾਂ ਦੀ ਟੀਮ ਆ ਕਿ ਜੇ ਉਹਨਾਂ ਨੂੰ ਅਸੀਂ ਹਾਕ ਮਾਰਦੇ ਹਾਂ ਤਾਂ ਅਸੀਂ ਇੱਕ ਨੂੰ ਮਾਰੀਏ ਦੋ ਆਉਂਦੇ ਨੇ। ਅਤੇ ਫਿਰ ਜੇ ਮਤਲਬ ਫੰਡ ਦੀ ਗੱਲ ਆ, ਸਾਰਿਆਂ ਨੇ ਤਿਰਫੁਲ ਦਿੱਤਾ। ਜੇ ਕੋਈ 500 ਦੇਣ ਵਾਲਾ ਸੀ ਉਹਨੇ 500 ਵੀ ਦਿੱਤਾ, ਅਤੇ ਅਸੀਂ ਜੇ ਕੋਈ 100 ਦੇਣ ਵਾਲਾ ਸੀ ਅਸੀਂ ਉਹ ਵੀ 100 ਵੀ ਮਤਲਬ ਉਹ ਤੋਂ ਲਿਆ। ਅਸੀਂ ਇਹ ਨਹੀਂ ਕੀਤਾ ਹੈਗਾ ਵੀ ਯਾਰ ਕਿਸੇ ਨੂੰ ਬੰਦੇ ਨੂੰ ਆਏ ਨਾ ਲੱਗੇ ਵੀ ਮੈਂ ਘੱਟ ਦੇਣ ਵਾਲਾ, ਠੀਕ ਆ। ਜੇ ਜਿਹਨੇ 10,000 ਦੇਣਾ ਸੀ 10,000 ਵੀ ਦਿੱਤਾ ਉਹਨੇ, ਜਾਣੀ ਕੋਈ ਕਿਸੇ ਨੇ ਸਾਡਾ ਪਰਸ਼ੋਤਮ ਵੀਰਾ ਉਹਨੇ ਮੰਨ ਲਓ ਵੀ ਸੀਮਿੰਟ ਦੀ ਸੇਵਾ ਕਰਤੀ, ਠੀਕ ਆ, ਅਤੇ ਸੁੱਖੀ ਆ ਕਲੇਰ ਉਹਨੇ ਸਾਨੂੰ ਇੱਟਾਂ ਦੀ ਸੇਵਾ ਕਰਤੀ, ਠੀਕ ਆ, ਅਤੇ ਬਾਕੀ ਸਾਨੂੰ ਰੇਤੇ ਦੀ ਸੇਵਾ ਕੀਤੀ ਆਪਣੇ ਪੰਜਾਬ ਪੁਲਿਸ ਦਾ ਸਾਡਾ ਆਪਣੇ ਪ੍ਰਵੇਸ਼ ਬਾਈ ਜੀ ਉਹਨਾਂ ਨੇ ਕਰਤੀ, ਜਾਣੀ ਕਿ ਇੱਦਾਂ ਕਾਫੀ ਹੱਦ ਤੱਕ ਤਾਂ ਲੋਕਾਂ ਨੇ ਸਾਡੇ ਤੋਂ ਸੇਵਾ ਹੀ ਲੈ ਲਈ ਆ। ਲੇਕਿਨ ਬਾਈ ਤੁਸੀਂ ਨਾਲ ਹੀ ਹੋ ਟੀਮ ਦੇ ਹੀ ਹੋ? ਹਾਂਜੀ ਹਾਂਜੀ ਹਾਂਜੀ। ਕਿੰਨੀ ਕੁ ਖੁਸ਼ੀ ਹੋ ਰਹੀ ਹੈ ਇਸ ਸਮੇਂ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਬਹੁਤ ਮਨ ਨੂੰ ਸਕੂਨ ਮਿਲਦਾ ਵਾ। ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜੀ। ਹੋਰ ਵੀ ਅਸੀਂ ਤਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਵੀ ਜਿੰਨੇ ਹਰੇਕ ਪਿੰਡ 'ਚੋਂ, ਤੁਹਾਨੂੰ ਪਤਾ ਵੀ 20-50 ਪਰਿਵਾਰ ਬਾਹਰ NRI ਪਰਿਵਾਰ ਬਾਹਰ ਗਏ ਹੁੰਦੇ ਆ, ਉਹਨਾਂ ਨੂੰ ਆਪਦੇ ਪਿੰਡ 'ਚ ਜੋ ਗਰੀਬ ਲੋਕ ਆ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ, ਉਹਨਾਂ ਦਾ ਹੱਥ ਫੜਨਾ ਚਾਹੀਦਾ। ਥੋੜ੍ਹੇ ਤੋਂ ਥੋੜ੍ਹਾ ਕਰਕੇ ਬਹੁਤੇ ਤੋਂ ਬਹੁਤਾ ਹੋ ਜਾਂਦਾ ਵੱਡਾ, ਤੁਹਾਨੂੰ ਪਤਾ ਵੀ ਬੂੰਦ ਬੂੰਦ ਨਾਲ ਘੜਾ ਭਰਦਾ। ਜੇ ਆਪਾਂ ਇਹੋ ਜਿਹੇ ਆਪਦੇ ਪਿੰਡ 'ਚ 4-5 ਪਰਿਵਾਰ ਸਾਂਭ ਲਵਾਂਗੇ, ਆਪਾਂ ਨੂੰ ਸਰਕਾਰਾਂ ਅੱਗੇ ਹੱਥ ਅੱਡਣ ਦੀ ਮਤਲਬ ਕੋਈ ਲੋੜ ਨਹੀਂ ਹੋਊ। ਗੇਟ ਲੱਗੂ ਕਲੀ ਤੇ ਬਾਹਰ? ਹਾਂਜੀ ਵੀਰੇ, ਦੇਖਦੇ ਹਾਂ ਆਪਾਂ ਇਹਦੇ ਵਿੱਚ ਨਾ ਪਹਿਲਾਂ ਤਾਂ ਕੰਧ ਕਰਵਾ ਕੇ ਬਾਬਾ ਜੀ ਨੂੰ, ਅਤੇ ਪ੍ਰੋਪਰ ਬਣਾ ਕੇ ਦੇਵਾਂਗੇ। ਪਿੰਡ ਸਾਡਾ ਜੀ ਫੁੱਲਾਂ ਵਾਲਾ, ਪੱਖੋਵਾਲ ਰੋਡ ਦੇ ਉੱਤੇ ਆ, ਅਤੇ ਉਹਦੇ ਕਰਕੇ ਸਾਨੂੰ ਪਿੰਡ ਦਾ ਬਹੁਤ ਸਹਿਯੋਗ ਆ। ਪਿੰਡ ਤੋਂ ਬਾਹਰੋਂ ਚਲੋ ਹੁਣ ਜਦੋਂ ਤੁਹਾਡੇ ਵਰਗੇ ਭਰਾ ਆਉਂਦੇ ਨੇ ਅਤੇ ਇੱਦਾਂ ਦੀਆਂ ਵੀਡੀਓ ਬਣਦੀਆਂ, ਤਾਂ ਸਾਡਾ ਮੁੱਖ ਮੋਟਿਵ ਇਹ ਆ ਕਿ ਲੋਕ ਅਵੇਅਰ ਹੋਣ। ਬਿਲਕੁਲ, ਠੀਕ ਆ, ਹੋਰ ਸਾਡਾ ਕੋਈ ਮੋਟਿਵ ਨਹੀਂ ਹੈਗਾ, ਠੀਕ ਆ ਜੀ। ਸਾਡਾ ਮੋਟਿਵ ਇਹ ਆ ਕਿ ਲੋਕ ਅਵੇਅਰ ਹੋ ਕੇ ਆਪਣੇ ਆਪਣੇ ਪਿੰਡ ਦੀ ਆਪ ਹੀ ਬਾਂਹ ਫੜਨੀ ਸ਼ੁਰੂ ਕਰ ਦੇਣ ਨਾ, ਬਹੁਤ ਆ। ਲੇਕਿਨ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਾਂ, ਇਹ ਬਾਬੇ ਕੋਲ ਅੱਜ ਨੂੰ ਪੈਸਾ ਹੁੰਦਾ ਨਾ, ਬਾਬੇ ਦਾ ਮਕਾਨ ਵਧੀਆ ਬਣਿਆ ਹੁੰਦਾ ਤਾਂ ਸਾਰੇ ਇੱਥੇ ਹੀ ਹੁੰਦੇ। ਬਿਲਕੁਲ ਜੀ,
ਇਹ ਤਾਂ ਕਹਿ ਲਓ ਜੀ ਕੁਛ ਗੱਲਾਂ ਇੱਦਾਂ ਦੀਆਂ ਅਸੀਂ ਕੈਮਰੇ 'ਤੇ ਨਹੀਂ ਕਹਿ ਸਕਦੇ, ਬਿਲਕੁਲ ਸਾਨੂੰ ਕਈ ਤਰ੍ਹਾਂ ਦੇ ਮਤਲਬ ਕਹਿ ਲਓ ਵੀ ਹੈਗੀਆਂ ਨੇ ਗੱਲਾਂ ਨਹੀਂ ਅਸੀਂ ਦੱਸ ਨਹੀਂ ਸਕਦੇ, ਉਹਦੇ ਨਾਲ ਇੱਦਾਂ ਹੋ ਜਾਂਦਾ ਘਟਾ ਹੋ ਜਾਂਦਾ ਫਿਰ, ਬਿਲਕੁਲ ਠੀਕ ਆ ਜੀ। ਪਰ ਅਸੀਂ ਇਹ ਕਹਿੰਦੇ ਹਾਂ ਵੀ ਦੇਖੋ ਤੁਹਾਨੂੰ ਤੁਹਾਡਾ ਜਿਹਨਾਂ ਲਈ ਵੀ ਹੈ, ਤੁਹਾਡਾ ਪਿਓ ਆ ਕਿਸੇ ਲਈ ਕੁਛ ਆ, ਹੈ ਨਾ ਕਿਸੇ ਲਈ ਦਾਦਾ, ਜੇ ਤੁਸੀਂ ਉਹ ਸਾਂਭਣਾ, ਬਿਲਕੁਲ ਠੀਕ ਆ। ਅਸੀਂ ਤਾਂ ਇੱਕ ਕਹਿ ਲਓ ਵੀ ਇੱਕ ਜ਼ਰੀਆ ਸੇਵਾ ਕਰਨ ਦਾ, ਬਿਲਕੁਲ ਠੀਕ ਆ। ਸਾਂਭਣਾ ਤਾਂ ਉਹਨਾਂ ਨਹੀਂ ਆ, ਅਤੇ ਉਹ ਸਾਂਭਣਗੇ ਇਹਦੀ ਪ੍ਰੋਪਰਟੀ ਆ ਜਾਂ ਇਹਦੀ ਜੋ ਵੀ ਚੀਜ਼ ਆ ਉਹਨਾਂ ਦੀ ਆ, ਸਾਨੂੰ ਬੜਾ ਸਕੂਨ ਆ। ਠੀਕ ਆ ਵੀ ਬਾਪੂ ਨੂੰ ਹੁਣ ਛੱਤ ਨਹੀਂ ਚੋਊਗੀ, ਹੋਰ 15 ਦਿਨ ਦੀ ਗੇਮ ਰਹਿ ਜਾਣੀ ਹੈ ਜੀ, ਲੈਂਟਰ ਖੁੱਲ੍ਹ ਕੇ ਸਾਰਾ ਪ੍ਰੋਪਰ ਜਦੋਂ ਜਾਣੂ ਤਿਆਰ ਹੋ ਗਿਆ, ਸਾਨੂੰ ਬੜਾ ਸਕੂਨ ਆ ਕਿ ਬਾਪੂ ਆਪਦਾ ਮੀਂਹ ਆਵੇ, ਹਨੇਰੀ ਆਵੇ, ਕੁਛ ਆਵੇ, ਆਪਦਾ ਆਰਾਮ ਨਾਲ ਕਮਰੇ 'ਚ ਤਾਂ ਪਿਆ। ਬਿਲਕੁਲ, ਇਹ ਉਹ ਨੌਜਵਾਨ ਹੈ, ਮੈਂ ਦਿਖਾਊਂਗਾ ਕੈਮਰੇ 'ਚ ਸਾਰੇ ਨੌਜਵਾਨ ਦਿਖਾਊਂਗਾ, ਇਹ ਉਸ ਪਿੰਡ ਦੇ ਨੌਜਵਾਨ ਨੇ ਜਿਸ ਪਿੰਡ ਨੇ ਇੱਕ ਕਾਬਲੀਅਤ ਸਾਹਮਣੇ ਲਿਆਤੀ, ਇੱਕ ਇਗਜ਼ਾਮਪਲ ਸੈੱਟ ਕਰਤੀ। ਲੇਕਿਨ ਬਾਬੇ ਦੀ ਸਪੋਰਟ ਜ਼ਰੂਰ ਕਰੋ, ਅਤੇ ਖਾਸ ਕਰਕੇ ਇਹ ਵੀਰਾਂ ਦੀ ਸਪੋਰਟ ਇਸ ਕਰਕੇ ਕਹਿਣ ਨੂੰ ਕਹੂੰਗਾ ਕਿਉਂਕਿ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਨੇ, ਅਤੇ ਸੰਘੋਵਾਲ ਸਾਹਿਬ ਇਹਨਾਂ ਵਾਸਤੇ ਖਾਸ ਕਰਕੇ, ਭਗਵੰਤ ਮਾਨ ਸਾਹਿਬ ਇਹ ਐਨ ਜੀ ਓ ਜਿਹੜੀ ਬਣਾਉਣਗੇ, ਇਹਨਾਂ ਜਿਹੜੀ ਐਨ ਜੀ ਓ ਹੈਗੀ, ਜਿਹੜੀ ਸੰਸਥਾ ਹੈਗੀ ਆ, ਉਸਨੂੰ ਘੱਟੋ ਘੱਟ ਐਸੇ ਫੰਡ ਦਵੋ ਕਿ ਇਹ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰਕੇ, ਤਾਂ ਕਿ ਤੁਹਾਡੀ ਸਰਕਾਰ ਦਾ ਨਾਮ ਜਿਹੜਾ ਵਿਦੇਸ਼ਾਂ ਤੱਕ ਜਾ ਸਕੇ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।